ਡਾਕਟਰ ਵਰਿਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੀਵਾ ਸਿੰਘ ਲੋਪੋਕੇ ਦੇ ਅਗਲਾ ਅੰਗ ਹੈ ਪੁਆੜੇ ਦੀ ਜੜ ਹਾਪਕਿੰਸਨ ਹਿੰਦਿਆ ਦੇ ਜਾਗਰਿਤ ਤੇ ਜਥੇਬੰਦ ਹੋਣ ਦੀਆਂ ਸੂਚਨਾਵਾਂ ਭਾਰਤ ਵਿੱਚਲੀ ਅੰਗਰੇਜ਼ੀ ਸਰਕਾਰ ਨੂੰ ਮਿਲੀਆਂ ਉਸ ਵੱਲੋਂ ਕੈਨੇਡਾ ਚਿੰਦਿਆ ਦੀਆਂ ਸਰਗਰਮੀਆਂ ਨੂੰ ਅੱਖੇਟ ਰੱਖਣ ਲਈ ਹਾਪਕਿੰਸਨਾਂ ਦੇ ਸੀਆਈਡੀ ਅਫਸਰ ਦੀ ਡਿਊਟੀ ਲਾ ਦਿੱਤੀ ਗਈ ਉਹਦਾ ਪੂਰਾ ਨਾਮ ਵਿਲੀਅਮ ਚਾਰਲਸ ਹਾਪਕਿੰਸਨ ਸੀ ਉਹ ਜਨਮ ਤੋਂ ਐਂਗਲੋ ਇੰਡੀਅਨ ਸੀ ਉਹਦੇ ਜਨਮ ਬਾਰੇ ਇੰਡੀਆ ਆਫਿਸ ਲਾਇਬ੍ਰੇਰੀ ਤੋਂ ਮਿਲੀ ਸੂਚਨਾ ਮੁਤਾਬਕ ਉਹਦਾ ਜਨਮ 16 ਜੂਨ 1880 ਚ ਦਿੱਲੀ ਵਿਖੇ ਹੋਇਆ ਉਦੋਂ ਉਹਦਾ ਪਿਓ ਲਾਹੌਰ ਤੋਂ ਫੌਜੀ ਅਫਸਰ ਵਜੋਂ ਸੇਵਾ ਨਿਭਾ ਰਿਹਾ ਸੀ ਪਿੱਛੋਂ ਉਹਦਾ ਪਿਤਾ ਅਫਗਾਨਿਸਤਾਨ ਚ ਕਿਸੇ ਫੌਜੀ ਮੁਹਿੰਮ ਚ ਮਾਰਿਆ ਗਿਆ ਯਾਨੀ ਕੇਸਰ ਸਿੰਘ ਮੁਤਾਬਕ ਉਹਦੀ ਮਾਂ ਜਲੰਧਰ ਛੌਨੀ ਦੇ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸੀ ਪਰ ਹੌਪਕਿੰਸਨ ਨੇ ਕਦੀ ਵੀ ਇਸ ਸੱਚਾਈ ਨੂੰ ਪਰਵਾਹ ਨਹੀਂ ਸੀ ਕੀਤਾ ਕਿ ਉਹਦੀਆਂ ਨਾੜਾਂ 'ਚ ਭਾਰਤੀ ਮਾਂ ਦਾ ਖੂਨ ਗਰਦਿਸ਼ ਕਰ ਰਿਹਾ ਹੈ ਉਹ ਸਦਾ ਇਹ ਝੂਠਾ ਦਾਵਾ ਕਰਦਾ ਰਿਹਾ ਕਿ ਉਹਦੀ ਮਾਂ ਇੰਗਲੈਂਡ ਦੇ ਯਾਰਕਸ਼ਾਇਰ ਦੀ ਵਸਨੇਕ ਸੀ ਇੱਕ ਅਨੁਮਾਨ ਇਹ ਵੀ ਹੈ ਕਿ ਉਹਦੀ ਮਾਂ ਭਾਰਤੀ ਯੂਰਪੀ ਨਸਲ ਦਾ ਮਿਲਗੋਬਾ ਸੀ ਜਦੋਂ ਹਸਨ ਰਹੀਮ ਤੇ 1912 ਚ ਆਪਣੀ ਝੂਠੀ ਵੋਟ ਬਣਾਉਣ ਤੇ ਵੋਟ ਪਾਉਣ ਦਾ ਮੁਕੱਦਮਾ ਚੱਲਿਆ ਤਾਂ ਹੱਬਕੈਂਸਨ ਉਹਦੇ ਖਿਲਾਫ ਗਵਾਹ ਵਜੋਂ ਪੇਸ਼ ਹੋਇਆ। ਉਹਨੂੰ ਜਦੋਂ ਬਚਾਓ ਪੱਖ ਦੇ ਵਕੀਲ ਮਿਸਟਰ ਮੈਕਰੌਸਨ ਨੇ ਸਵਾਲ ਕੀਤੇ ਤਾਂ ਉਹਨੇ ਨਿਮਤ ਲਿਖਤ ਜਵਾਬ ਦਿੱਤੇ। ਸਵਾਲ ਹੈ ਤੂੰ ਭਾਰਤ 'ਚ ਪੈਦਾ ਹੋਇਆ ਸੀ? ਜਵਾਬ ਮੈਂ ਭਾਰਤ 'ਚ ਪੈਦਾ ਨਹੀਂ ਹੋਇਆ। ਸਵਾਲ ਤੇਰੇ 'ਚ ਕਿਸੇ ਕਿਸਮ ਦਾ ਭਾਰਤੀ ਖੂਨ ਹੈ? ਜਵਾਬ ਨਹੀਂ ਜਨਾਬ। ਸਵਾਲ ਤੂੰ ਹਿੰਦੁਸਤਾਨੀ ਜ਼ਬਾਨ ਕਿੱਥੋਂ ਸਿੱਖੀ? ਜਵਾਬ ਭਾਰਤ ਵਿੱਚ ਆਪਣੀ 24 ਸਾਲਾਂ ਠਹਿਰ ਸਮੇਂ ਸਵਾਲ ਉਹ ਤੋਂ ਪਹਿਲਾਂ ਤੂੰ ਕਿੱਥੇ ਰਹਿੰਦਾ ਸੀ ਜਵਾਬ ਇਸ ਤੋਂ ਪਹਿਲਾਂ ਮੈਂ ਇੰਗਲੈਂਡ 'ਚ ਰਹਿੰਦਾ ਸੀ ਸਵਾਲ ਕੀ ਤੂੰ ਇੰਗਲੈਂਡ 'ਚ ਪੈਦਾ ਹੋਇਆ ਸੀ ਜਵਾਬ ਮੈਂ ਯੋਰਕਸ਼ਾਇਰ ਇੰਗਲੈਂਡ 'ਚ ਪੈਦਾ ਹੋਇਆ ਸੀ ਉਹ ਇੰਨਾ ਝੂਠਾ ਤੇ ਅਕਿਰਤਕਣ ਸੀ ਕਿ ਆਪਣੀ ਮਾਂ ਨੂੰ ਹੀ ਅਸਵੀਕਾਰ ਨਹੀਂ ਕੀਤਾ ਸਗੋਂ ਆਪਣੀ ਮਾਂ ਦੀ ਸਮੁੱਚੀ ਜਾਤੀ ਦੇ ਵਿਰੁੱਧ ਹੋ ਗਿਆ ਇੰਜ ਲੱਗਦਾ ਸੀ ਜਿਵੇਂ ਅਜਿਹਾ ਕਰਕੇ ਉਹ ਆਪਣੀ ਉਸ ਮਾਂ ਤੋਂ ਬਦਲਾ ਲੈ ਰਿਆ ਹੋਵੇ ਜੋ ਜਲੰਧਰ ਛੌਨੀ ਦੇ ਬ੍ਰਾਹਮਣ ਪਰਿਵਾਰ ਦੀ ਸੀ। ਕੈਨੇਡਾ ਆਉਣ ਤੋਂ ਪਹਿਲਾਂ ਹੌਪਕਿੰਸਨ ਸਿੱਖਿਆਤ ਤੇ ਤਜਰਬੇਕਾਰ ਪੁਲਿਸ ਅਫਸਰ ਸੀ। ਉਹ ਅੰਗਰੇਜ਼ੀ ਦੇ ਨਾਲ-ਨਾਲ ਉਰਦੂ, ਹਿੰਦੀ, ਮਿਲੀ ਜ਼ਬਾਨ ਹਿੰਦੁਸਤਾਨੀ ਵੀ ਚੰਗੀ ਤਰ੍ਹਾਂ ਬੋਲ ਤੇ ਸਮਝ ਲੈਂਦਾ ਸੀ। 16 ਸਾਲ ਦੀ ਉਮਰ 'ਚ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਸੀ। ਇੱਥੇ ਉਹ ਪੰਜਾਬੀ ਜ਼ਬਾਨ ਤੇ ਪੰਜਾਬੀ ਸੱਭਿਆਚਾਰ ਦਾ ਚੰਗਾ ਜਾਣੂ ਹੋ ਚੁੱਕਾ ਸੀ। ਪਰ ਉਹਨੂੰ ਪੰਜਾਬ 'ਚ ਕੋਈ ਵਧੀਆ ਭੂਖ ਨਜ਼ਰੀ ਨਾ ਆਉਂਦਾ ਹੋਣ ਕਰਕੇ ਉਹਨੇ 21 ਸਾਲ ਦੀ ਉਮਰ 'ਚ ਆਪਣਾ ਤਬਾਦਲਾ ਕਲਕੱਤੇ ਕਰਵਾ ਲਿਆ। ਕਲਕੱਤਾ ਪੁਲਿਸ ਵਿੱਚ ਜਦੋਂ ਉਹ ਇੰਸਪੈਕਟਰ ਦੀਆਂ ਸੇਵਾਵਾਂ ਨਿਭਾ ਰਿਹਾ ਸੀ, ਤਾ ਉਹਨੂੰ ਸੂਈਆ ਵਿਭਾਗ ਨਾਲ ਜੋੜ ਦਿੱਤਾ ਗਿਆ ਸੀ ਤਾਂ ਕਿ ਉਸ ਰਾਹੀਂ ਦੇਸ਼ ਭਗਤਾਂ ਵੱਲੋਂ ਸਰਕਾਰ ਵਿਰੁੱਧ ਕੀਤੀਆਂ ਜਾਣ ਵਾਲੀਆਂ ਮੁਜ਼ਰਮਾਨਾ ਕਾਰਵਾਈਆਂ ਦੀ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। 1907 ਦੀ ਪਤਝੜ ਦੇ ਮੌਸਮ 'ਚ ਹਪਕਿੰਸਨ ਕੈਨੇਡਾ ਪਹੁੰਚ ਗਿਆ। ਉਹਦੇ ਕੈਨੇਡਾ ਆਉਣ ਦਾ ਕਾਰਨ ਰਹੱਸ ਦੇ ਘੇਰੇ 'ਚ ਹੈ। ਪਰ ਇਸ 'ਤੇ ਸ਼ੱਕ ਨਹੀਂ ਕਿ ਕੈਨੇਡਾ ਪਹੁੰਚ ਕੇ ਵੀ ਉਹਨੇ ਭਾਰਤ ਵਿੱਚ ਲਈ ਬ੍ਰਿਟਿਸ਼ ਸਰਕਾਰ ਲਈ ਜਸੂਸੀ ਕਰਨ ਦਾ ਕੰਮ ਜਾਰੀ ਰੱਖਿਆ। ਭਾਵੇਂ ਪਹਿਲਾਂ-ਪਹਿਲਾਂ ਉਹ ਕਿਸੇ ਸਟੋਰ ਤੇ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ ਪਰ ਉਦੋਂ ਵੀ ਉਹ ਨਾਲ ਦੇ ਨਾਲ ਕੈਨੇਡਾ 'ਚ ਰਹਿੰਦੇ ਹਿੰਦਿਆਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਵੀ ਰੱਖਦਾ ਸੀ। ਐਂਗਲੋ-ਇੰਡੀਅਨ ਹੋਣ ਦੇ ਬਾਵਜੂਦ ਆਪਣੀ ਪਛਾਣ ਗੋਰੇ ਬੰਦੇ ਵਜੋਂ ਬਣਾਈ ਰੱਖਣ ਦਾ ਚਾਹਵਨ ਹੋਣ ਕਰਕੇ ਉਹ ਕੈਨੇਡਾ ਦੇ ਗੋਰੇ ਭਾਈਚਾਰੇ ਤੇ ਸਰਕਾਰੀ ਹਲਕਿਆਂ ਦੀਆਂ ਨਜ਼ਰਾਂ 'ਚ ਛੇਤੀ ਤੋਂ ਛੇਤੀ ਪਰਵਾਨਿਤ ਹੋਣਾ ਚਾਹੁੰਦਾ ਸੀ। ਇਨੀ ਦਿਨੀ ਨਿਰੰਤਰ ਸਫਰ ਦਾ ਕਾਨੂੰਨ ਪਾਸ ਹੋਣ ਕਰਕੇ ਹਿੰਦਿਆ ਵਿੱਚ ਨਿਰਾਸ਼ਾ ਤੇ ਉਤੇਜਨਾ ਦਾ ਮਾਹੌਲ ਸੀ। ਉਹਨਾਂ 'ਚ ਰੋਜ਼ ਦੀ ਇੱਕ ਪ੍ਰਬਲ ਲਹਿਰ ਉੱਠ ਖੜੀ ਹੋਈ ਸੀ। ਹਿੰਦੀ ਤੇ ਪੰਜਾਬੀ ਜਾਣਦਾ ਫੋਨ ਕਰਕੇ ਹਪਕਿੰਸਨ ਹਿੰਦਿਆਆਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਸਹਿਜ ਵਿਹਾਰ ਤੇ ਬੋਲਚਾਲ ਤੋਂ ਜਾਣ ਸਮਝ ਲੈਂਦਾ ਸੀ ਉਹਨੇ ਅੰਗਰੇਜ਼ ਸਾਮਰਾਜ ਦੇ ਮਨਸ਼ੇ ਮੁਤਾਬਕ ਆਪਣਾ ਕੰਮ ਜਾਰੀ ਰੱਖਿਆ ਤੇ ਮੀਡੀਆ ਨੂੰ ਆਪਣੇ ਵਿਸ਼ੇਸ਼ ਮਕਸਦ ਲਈ ਵਰਤਣ ਦਾ ਉਦੋਂ ਸਫਲ ਯਤਨ ਕਰ ਲਿਆ ਜਦੋਂ 1908 ਵਿੱਚ ਟਾਈਮਜ਼ ਆਫ ਲੰਡਨ ਵਿੱਚ ਇੱਕ ਪੱਤਰਕਾਰ ਨੂੰ ਪ੍ਰੇਰ ਕੇ ਭਾਰਤ ਤੋਂ ਵੈਨਕੂਵਰ ਜਾਣ ਵਸੇ ਪ੍ਰਵਾਸੀਆਂ ਦੀਆਂ ਬਗਾਵਤੀ ਸਰਗਰਮੀਆਂ ਦੀ ਰਿਪੋਰਟ ਪ੍ਰਕਾਸ਼ਿਤ ਕਰਵਾ ਲਈ ਇਸ ਰਿਪੋਰਟ ਦਾ ਖੁਲਾਸਾ ਕੀਤਾ ਗਿਆ ਸੀ ਕਿ ਵੈਨਕੂਵਰ ਤੇ ਸਿਆਟਲ ਵਿੱਚ ਵਸਦੇ ਹਿੰਦੀ ਭਾਰਤ ਵਿੱਚਲੀ ਅੰਗਰੇਜ਼ ਹਕੂਮਤ ਨੂੰ ਹਥਿਆਰ ਮੰਤਰੀ ਕੇ ਨਾਲ ਉਲਟਨ ਦੀਆਂ ਗੁੰਦਾਂ ਗੁੰਦ ਰਹੇ ਹਨ ਪੱਤਰਕਾਰ ਨੇ ਇੱਕ ਬੇਨਾਮ ਸੋਮੇ ਦੇ ਹਵਾਲੇ ਨਾਲ ਇਹ ਰਿਪੋਰਟ ਪ੍ਰਕਾਸ਼ਿਤ ਕਰਵਾਈ ਸੀ ਤੇ ਇਹ ਬੇਨਾਮ ਸੋਮਾ ਸਲ ਹਪਕਿੰਸਨ ਹੀ ਸੀ ਤੇ ਉਸੇ ਨੇ ਹੀ ਪੱਤਰ ਪ੍ਰੇਰਕ ਨੂੰ ਇਹ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਪ੍ਰੇਰਿਆ ਸੀ ਸਰਕਾਰੀ ਹਲਕਿਆਂ ਤੱਕ ਹੌਪਕਿੰਸਨ ਦੀਆਂ ਸਰਕਾਰ ਹਤੈਸ਼ੀ ਕਾਰਵਾਈਆਂ ਦੀ ਸੂਚਨਾ ਪਹੁੰਚ ਚੁੱਕੀ ਸੀ ਹੌਪਕਿੰਸਨ ਖੁਦ ਵੀ ਸਰਕਾਰੀ ਦਰਬਾਰੇ ਆਪਣੀ ਪਛਾਣ ਬਣਾ ਕੇ ਛੇਤੀ ਤੋਂ ਛੇਤੀ ਸਥਾਪਿਤ ਹੋਣਾ ਚਾਹੁੰਦਾ ਸੀ ਇੱਕ ਦੂਜੇ ਦਾ ਸਾਥ ਦੇਣਾ ਦੋਵਾਂ ਧਿਰਾਂ ਦੀ ਸਾਂਝੀ ਲੋੜ ਸੀ ਛੇਤੀ ਹੌਪਕਿੰਸਨ ਉੱਪਰਲੇ ਸਰਕਾਰੀ ਹਲਕਿਆਂ ਵਿੱਚ ਜਾਣ ਪਛਾਣ ਬਣਾਉਣ ਵਿੱਚ ਸਫਲ ਹੋ ਗਿਆ ਜੂਨ ਵਿੱਚ ਡਿਪਟੀ ਲੇਬਰ ਮਨਿਸਟਰ ਮਕੇਨਜ਼ੀ ਕਿੰਗ ਨੂੰ ਮਿਲਿਆ ਤੇ ਉਹ ਉਹਨੂੰ 900 ਫਿਆਂ ਦੀ ਗੁਪਤ ਰਿਪੋਰਟ ਸੌਂਪੀ ਹੁਣ ਤੱਕ ਉਹ ਸਰਕਾਰੀ ਹਲਕਿਆਂ ਵਿੱਚ ਪ੍ਰਵਾਨ ਚੜ ਚੁੱਕਾ ਸੀ ਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਮਨਜ਼ੂਰ ਨਜ਼ਰ ਵੀ ਬਣ ਗਿਆ ਸੀ ਉਹ ਸਰਕਾਰ ਨੂੰ ਗੁਪਤ ਸੂਚਨਾ ਦੇਣ ਦਾ ਮਹੱਤਵਪੂਰਨ ਸੋਮਾ ਬਣ ਚੁੱਕਾ ਸੀ ਹਬਕੈਂਸਨ ਵੱਲੋਂ ਭਾਰਤੀਆਂ ਦੀਆਂ ਅੰਗਰੇਜ਼ੀ ਸਰਕਾਰ ਵਿਰੋਧੀ ਗਤੀਵਿਧੀਆਂ ਬਾਰੇ ਭੇਜੀਆਂ ਰਿਪੋਰਟਾਂ ਤੋਂ ਪ੍ਰਭਾਵਿਤ ਹੋ ਕੇ ਕੈਨੇਡਾ ਦੇ ਗਵਰਨਰ ਜਨਰਲ ਲਾਰਡ ਗ੍ਰੇ ਨੇ ਉਹਦੇ ਪਿਛੋਕੜ ਤੇ ਯੋਗਤਾਵਾਂ ਬਾਰੇ ਮਕੈਂਜ਼ੀ ਕਿੰਗ ਤੇ ਵਿਸ਼ੇਸ਼ ਤੌਰ ਤੇ ਹਾਂਡੂਰਸਤੇ ਅੰਗਰੇਜ਼ ਗਵਰਨਰ ਕਰਨਲ ਏ ਜੀ ਸਵੈਨ ਤੋਂ ਹੋਰ ਜਾਣਕਾਰੀ ਵੀ ਹਾਸਲ ਕਰ ਲਈ। ਉਹਨੂੰ ਬੜਾ ਕੰਮ ਦਾ ਬੰਦਾ ਲੱਗਾ। ਇੰਜ ਹਬਕੈਂਸਨ ਨੂੰ ਡੋਮੀਨੀਅਨ ਪੋਲਿਸ ਆਫਸਰ ਵਜੋਂ ਭਰਤੀ ਕਰ ਲਿਆ ਗਿਆ। ਇਹਦੇ ਨਾਲ ਹੀ ਉਹਨੂੰ ਇਮੀਗ੍ਰੇਸ਼ਨ ਇਨਸਪੈਕਟਰ ਦੇ ਤੌਰ ਤੇ ਨਿਯੁਕਤ ਕਰਕੇ ਇਮੀਗ੍ਰੇਸ਼ਨ ਵਿਭਾਗ ਵਿੱਚ ਉਸ ਕੋਲੋਂ ਦੋ ਭਾਸ਼ੀਏ ਵਜੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਕੰਮ ਤਾਂ ਉਹ ਭਾਰਤ ਸਰਕਾਰ ਲਈ ਕਰਨ ਆਇਆ ਸੀ ਤੇ ਉਹਨੇ ਭਾਰਤ ਦੀਆਂ ਖੁਫੀਆ ਏਜੰਸੀਆਂ ਲਈ ਲਗਾਤਾਰ ਕੰਮ ਕਰਨਾ ਜਾਰੀ ਵੀ ਰੱਖਿਆ ਸੀ ਪਰ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਲਈ ਵੀ ਬੜਾ ਕੀਮਤੀ ਸੰਦ ਸਾਬਤ ਹੋ ਸਕਦਾ ਸੀ ਉਸ ਵੇਲੇ ਕੈਨੇਡਾ 'ਚ ਵੱਡੀ ਗਿਣਤੀ ਵਿੱਚ ਜਿਹੜੇ ਭਾਰਤੀ ਲੋਕ ਕਾਰਜਸ਼ੀਲ ਸਨ ਉਹਨਾਂ 'ਚ ਬਹੁਤੇ ਪੰਜਾਬੀ ਸਨ ਪੰਜਾਬੀਆਂ ਵਿੱਚੋਂ ਵੀ ਵੱਡੀ ਗਿਣਤੀ ਸਿੱਖਾਂ ਦੀ ਸੀ ਹਬਕੈਂਸਨ ਤੋਂ ਵੱਧ ਕੋਈ ਵੀ ਟੁਕਵਾਂ ਸਰਕਾਰੀ ਬੰਦਾ ਜਿਆ ਨਹੀਂ ਸੀ ਜੋ ਪੰਜਾਬੀਆਂ ਜਾਂ ਭਾਰਤੀਆਂ ਦੀ ਬੋਲੀ ਤੇ ਵਿਚਾਰ-ਵਿਹਾਰ ਨੂੰ ਸਮਝ ਸਕਦਾ ਹੋਵੇ ਕੈਨੇਡੀਅਨ ਸਰਕਾਰ ਨੂੰ ਭਾਰਤੀਆਂ ਨੂੰ ਇੰਨਾ ਨੇੜੇ ਤੋਂ ਜਾਣਨ ਸਮਝਣ ਵਾਲੇ ਬੰਦੇ ਦੀ ਬੜੀ ਲੋੜ ਸੀ ਜੋ ਇਸ ਤੱਥ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੋਵੇ ਕਿ ਇੰਡੋ-ਕੈਨੇਡੀਅਨ ਭਾਈਚਾਰੇ ਦੇ ਲੋਕ ਕੀ ਸੋਚਦੇ ਕੀ ਕਰ ਰਹੇ ਹਨ ਤੇ ਉਹਨਾਂ ਤੋਂ ਕੈਨੇਡੀਅਨ ਜਾਂ ਭਾਰਤੀ-ਬਰਤਾਨਵੀ ਹਕੂਮਤਾਂ ਨੂੰ ਕੀ ਖਦਸ਼ੇ ਤੇ ਖਤਰੇ ਦਰਪੇਸ਼ ਹੋ ਸਕਦੇ ਹਨ ਹੱਪਕਿੰਸ ਅਨਜਿਆ ਕਰਦਾ ਵੀ ਕਿਵੇਂ ਨਾ ਉਹ ਸਭ ਨਾਲ ਸੰਬੰਧਤ ਸਰਕਾਰਾਂ ਦਾ ਜ਼ਰਖਰੀਦ ਗੋਲਾ ਸੀ ਇੰਡੀਆ ਆਫਿਸ ਵੱਲੋਂ ਨੂੰ 60 ਪਾਉਂਡ ਸਾਲਾਨਾ ਤੇ 60 ਪਾਉਂਡ ਮਾਹਵਾਰ ਉਤਲੇ ਖਰਚਿਆਂ ਲਈ ਮਿਲਦੇ ਸਨ ਕੈਨੇਡੀਅਨ ਸਰਕਾਰ ਨੂੰ 125 ਡਾਲਰ ਮਾਸਿਕ ਅਦਾ ਕਰਦੀ ਸੀ ਜਦਕਿ ਵੈਨਕੂਵਰ ਵਿੱਚ ਅਮਰੀਕਨ ਇਮੀਗ੍ਰੇਸ਼ਨ ਦੇ ਦਫ਼ਤਰ ਲਈ ਕੰਮ ਕਰਨ ਵਾਸਤੇ ਉਹਨੂੰ 25 ਡਾਲਰ ਮਾਹਵਾਰ ਦਿੱਤੇ ਜਾਂਦੇ ਸਨ ਇਸ ਤੋਂ ਇਲਾਵਾ ਉਹ ਕੈਨੇਡਾ ਦੇ ਟੱਟ ਤੇ ਪਹੁੰਚਣ ਵਾਲੇ ਕਈ ਹਿੰਦਿਆਂ ਤੋਂ ਰਿਸ਼ਵਤ ਲੈ ਕੇ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਉਹਨਾਂ ਦੀ ਕੈਨੇਡਾ 'ਚ ਦਾਖਲ ਹੋਣ 'ਚ ਮਦਦ ਵੀ ਕਰਦਾ ਸੀ। ਕੈਨੇਡਾ ਆਉਣ ਵਾਲੇ ਹਿੰਦਿਆਂ ਦੀ ਅਜਿਹੀ ਮਦਦ ਉਹ ਇਸ ਕਰਕੇ ਕਰਦਾ ਸੀ ਤਾਂ ਕਿ ਉਹਨਾਂ ਕੋਲੋਂ ਦੇਸ਼ ਭਗਤ ਭਾਰਤੀ ਭਾਈਚਾਰੇ ਦੀਆਂ ਗਤੀਵਿਧੀਆਂ ਦੀ ਖਬਰ ਤੇ ਸੂਹ ਲੈ ਸਕੇ। ਜਿਨ੍ਹਾਂ ਦੀ ਉਹਨੇ ਕੈਨੇਡਾ 'ਚ ਲੰਘਣ ਲਈ ਮਦਦ ਕੀਤੀ ਹੁੰਦੀ ਉਹਨਾਂ ਤੋਂ ਸਮੇਂ-ਸਮੇਂ ਪੈਸੇ ਵੀ ਵਟੋਰਦਾ ਰਹਿੰਦਾ। ਪੈਸੇ ਦੇ ਇਸ ਲਾਲਚ ਵਿੱਚ ਉਹ ਹਰ ਵੇਲੇ ਦੇਸ਼ ਭਗਤਾਂ ਪਿੱਛੇ ਹਲਕਿਆਂ ਵਾਂਗ ਲੱਗਾ ਹੋਇਆ ਸੀ ਉਹ ਹਿੰਦੁਸਤਾਨੀ ਬੋਲ ਲੈਂਦਾ ਸੀ ਪੰਜਾਬੀ ਦਾ ਜਾਣਕਾਰ ਹੋਣ ਦਾ ਦਾਵਾ ਵੀ ਕਰਦਾ ਸੀ ਇਸ ਲਈ ਕੈਨੇਡਾ ਪਹੁੰਚਣ ਵਾਲੇ ਹਰੇਕ ਭਾਰਤੀ ਬਾਰੇ ਤੋਂ ਆਉਂਦੀਆਂ ਹੀ ਜਾਣਕਾਰੀ ਹਾਸਲ ਕਰ ਲੈਂਦਾ ਸੀ ਤੇ ਫਿਰ ਭਾਈਚਾਰੇ ਵਿੱਚ ਵਿਚਰਦੇ ਉਹ ਉਸ ਆਵਾਸੀ ਦੀਆਂ ਗਤੀਵਿਧੀਆਂ ਦਾ ਖਿਆਲ ਵੀ ਰੱਖਦਾ ਸੀ ਆਪਣੀ ਐਸੀ ਯੋਗਤਾ ਕਰਕੇ ਉਹ ਸਾਰੀਆਂ ਸਰਕਾਰਾਂ ਲਈ ਬੜੇ ਕੰਮ ਦਾ ਅਫਸਰ ਸੀ ਅਜਿਹੀ ਯੋਗਤਾ ਵਾਲਾ ਉਹ ਇੱਕੋ ਇੱਕ ਬੰਦਾ ਹੋਣ ਕਰਕੇ ਸਰਕਾਰਾਂ ਲਈ ਬੜਾ ਕੀਮਤੀ ਅਫਸਰ ਬਣ ਗਿਆ ਹੋਇਆ ਸੀ ਕਾਮਾਂਗਾਟਾ ਮਾਰੂ ਜਹਾਜ਼ ਦੇ ਕੈਨੇਡਾ ਆਉਣ ਤੋਂ ਪਹਿਲਾਂ ਹੀ ਹੌਪਕਿੰਸਨ ਨੇ ਹਿੰਦੁਸਤਾਨੀ ਮੁਖਬਰਾਂ ਦਾ ਇੱਕ ਟੋਲਾ ਆਪਣੇ ਨਾਲ ਜੋੜ ਲਿਆ ਸੀ ਉਹ ਨਵੇਂ ਆਉਣ ਵਾਲਿਆਂ ਲਈ ਪੈਸੇ ਲੈ ਕੇ ਝੂਠੇ ਪਾਸਪੋਰਟ ਤਿਆਰ ਕਰਦਾ ਉਹਨਾਂ ਦੀ ਫੋਟੋ ਤਾਂ ਹਾਂਗਕਾਂਗ ਵੀ ਕਿ ਉਤਾਰ ਲਈ ਜਾਂਦੀ ਸੀ ਪਰ ਕੈਨੇਡਾ ਵਿੱਚ ਉਹਨਾਂ ਨੂੰ ਪਾਸਪੋਰਟ ਬਣਵਾ ਕੇ ਦੇ ਦਿੱਤਾ ਜਾਂਦਾ ਇਸ ਮਕਸਦ ਲਈ ਇਮੀਗ੍ਰੇਸ਼ਨ ਆਫਸਰ ਰੀਡ ਦੇ ਦਫ਼ਤਰ ਦੀ ਮੋਰ ਵਰਤ ਲਈ ਜਾਂਦੀ। ਉਨੇ ਦਿਨੀ ਹਾਂਗਕਾਂਗ 'ਚ ਅਨੇਕਾਂ ਹਿੰਦੀ ਕਈ ਚਿਰ ਤੋਂ اٹਕੇ ਹੋਏ ਸਨ ਜੋ ਕਿਸੇ ਵੀ ਤਰ੍ਹਾਂ ਕੈਨੇਡਾ ਅਮਰੀਕਾ ਪਹੁੰਚਣ ਲਈ ਤਰਲੋ ਮੱਚੀ ਹੋ ਰਹੇ ਸਨ। ਹਬਕੈਂਸਨ ਦੇ ਚਾਟੜੇ ਬਿਲਾ ਸਿੰਘ, ਬਾਬੂ ਸਿੰਘ ਆਦ ਕੈਨੇਡਾ ਪਹੁੰਚਣ ਦੇ ਕਈ ਅਜੇ ਗਾਕਾਂ ਦੀ ਟੋਲ ਲਾ ਕੇ ਹਬਕੈਂਸਨ ਨੂੰ ਦਿੰਦੇ ਸਨ। ਗੈਰ ਕਾਨੂੰਨੀ ਢੰਗ ਨਾਲ ਕੈਨੇਡਾ 'ਚ ਉਤਾਰੇ ਗਏ ਬੰਦਿਆਂ ਨੂੰ ਬਲੈਕਮੇਲ ਕਰਨਾ ਸੌਖਾ ਸੀ। ਬਾਊ ਸਿੰਘੋ ਨਾਲੋਂ ਹਰੇਕ ਮਹੀਨੇ 1 ਜਾਂ 2 ਡਾਲਰ ਮੀਨਾ ਉਗਰਾ ਕੇ ਹਬਕੈਂਸਰ ਨੂੰ ਰਿਸ਼ਵਤ ਵਜੋਂ ਦਿੰਦਾ ਸੀ ਇਹਨਾਂ ਕਾਰਨਾਂ ਕਰਕੇ ਹੋਰ ਕਈ ਜਣੇ ਉਹਨਾਂ ਲਈ ਮੁਖਬਰੀ ਕਰਨ ਲੱਗੇ ਉਹਨਾਂ ਨੂੰ ਭੈ ਰਹਿੰਦਾ ਸੀ ਕਿ ਜੇ ਉਹ ਹਬਕੈਂਸਰ ਨੂੰ ਰਿਸ਼ਵਤ ਨਹੀਂ ਦਿੰਦੇ ਜਾਂ ਉਹਨਾਂ ਲਈ ਮੁਖਬਰੀ ਨਹੀਂ ਕਰਦੇ ਤਾਂ ਉਹਨਾਂ ਨੂੰ ਡਿਪੋਰਟ ਕਰਵਾ ਦਿੱਤਾ ਜਾਏਗਾ ਧੰਨਵਾਦ ਚਲਦਾ